ਸਰ ਇੱਕ ਮਸਤੂਆਣਾ ਵਿਵਾਦ ਜਿਹੜਾ ਚੱਲ ਰਿਹਾ ਹੈਗਾ ਉਹ ਤਾਂ ਕਲੀਅਰ ਕਰਤਾ ਅੱਜ ਕੌਂਸਲ ਨੇ ਕੋਈ ਉੱਥੇ ਨੌਨ ਪਾਰਟੀ ਹੈ ਸਾਰਾ ਸਾਰੀਆਂ ਪਾਰਟੀਆਂ ਉਹਦੇ 'ਚ ਨੇ ਸੰਬੰਧਿਤ ਨੇ ਮੈਂਬਰ ਬਣਦੇ ਨੇ ਹੁੰਦਾ ਉਹਦੇ 'ਚ ਹੋਰ ਹੈ ਮੇਰੇ ਨੰਬਰ 2 ਹੈ ਮੈਂ ਤਾਂ ਕਦੇ TADA ਵੀ ਕਿਸੇ ਇੰਸਟੀਟਿਊਸ਼ਨ 'ਚੋਂ ਲਿਆ ਹੋਵੇ ਕਦੇ ਵੀ ਜ਼ਿੰਦਗੀ 'ਚ ਅਤੇ ਬਾਕੀ ਪੈਸਾ ਹੋਰ ਲੈਣਾ ਤਾਂ ਗੱਲ ਨਹੀਂ ਕਿਉਂਕਿ ਗੋਬਿੰਦ ਆਪ SGPC ਨੂੰ ਹੜੱਪੀ ਜਾਂਦਾ ਉਹਨੂੰ ਸਾਰੇ ਉਹੋ ਜਿਹੇ ਲੱਗਦੇ ਨੇ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਹਾਂ ਉਹ ਫਸ ਹੋਰ ਫਸੀ ਜਾ ਰਿਹਾ ਲੱਖਾਂ ਨਹੀਂ ਕਰੋੜਾਂ ਚ ਕਰੋੜਾਂ ਚ ਚੱਲ ਰਿਹਾ ਕੰਮ SGPC ਦਾ ਉਦੋਂ ਪਤਾ ਲੱਗੂ ਇਹਨਾਂ ਨੂੰ ਅਜੇ ਤਾਂ ਹਾਲੇ ਕੁਛ ਨਹੀਂ ਪਤਾ ਜਦੋਂ SGPC ਦਾ ਦੂਜੀ ਆ ਗਈ ਨਾ ਉਦੋਂ ਪਤਾ ਲੱਗੂਗਾ ਸਰ SGPC ਨਾਂ 'ਤੇ ਲੌਂਗੋਵਾਲ ਸਾਹਿਬ ਆਪਣੇ ਲਹਿਰੇ ਹਲਕੇ ਦੇ ਵਿੱਚ ਵੀ ਜਿਹੜੇ ਵਿੱਤੀ ਸਹਾਇਤਾ ਦੇਣ ਲੱਗ ਗਏ ਇਹ ਕਾਰਨ ਕੀ ਹੈਗਾ ਵੀ ਤੁਹਾਡੇ ਚਲੋ ਉਹ ਕਰਦੇ ਤਾਂ ਇਸੇ ਲਈ ਨੇ ਕਿ ਸਾਡੇ ਪਰ ਮੈਂ ਤਾਂ ਕਹਿੰਦਾ ਖੁਸ਼ੀ ਦੀ ਗੱਲ ਹੈ ਕਿ ਦੇਣ ਚੰਗੀ ਗੱਲ ਹੈ ਗੁਰੂ ਘਰਾਂ ਨੂੰ ਕੋਈ ਮਾੜੀ ਗੱਲ ਨਹੀਂ ਹੈ ਦੇ ਦੇਣ ਸਮਝ ਗੁਰੂ ਘਰਾਂ ਦੇ ਵਿੱਚ ਮਤਲਬ ਲੋਕਾਂ ਨੂੰ ਇਕੱਠੇ ਰੈਲੀ ਦੀ ਆੜ ਦੇ ਵਿੱਚ ਤਾਂ ਨਹੀਂ ਹੋ ਰਿਹਾ ਸਭ ਕੁਛ ਉਹ ਤਾਂ ਕਰ ਹੀ ਰਹੇ ਨੇ ਉਹ ਤਾਂ ਪਤਾ ਹੀ ਹੈ ਤੁਹਾਨੂੰ ਵੀ ਪਤਾ ਮੈਨੂੰ ਪਤਾ ਕੋਈ ਐਸੀ ਗੱਲ ਨਹੀਂ ਕਰ ਲੈਣ ਜੋ ਮਰਜ਼ੀ ਕਰ ਲੈਣ ਇੱਕ ਥੋੜ੍ਹੀ ਪਰ ਉਹ ਤਾਂ ਬਾਹਰੋਂ ਜ਼ਿਲ੍ਹਿਆਂ 'ਚੋਂ ਲਿਆ ਰਹੇ ਨੇ ਅਸੀਂ ਤਾਂ ਬਹੁਤਾ ਉਹਨਾਂ ਨੂੰ ਘਰ ਆ ਸੰਗਰੂਰ 'ਚੋਂ ਤਾਂ ਮਿਲ ਨਹੀਂ ਰਿਹਾ ਬਾਹਰਲੇ ਜ਼ਿਲ੍ਹਿਆਂ ਨੂੰ ਬੱਸਾਂ ਲਾਈਆਂ ਨੇ ਇੱਕ BJP ਨਾਲ ਤੁਸੀਂ ਕੱਲ੍ਹ ਮੁਲਾਕਾਤ ਕਰਕੇ ਆਏ ਹੋ ਕਿਵੇਂ ਕੀ ਹੈਗਾ ਰਿਸਪੋਂਸ ਕਿਹੜੇ ਕਿਹਨੂੰ ਮਿਲ ਕੇ ਮੈਂ ਚੈਨਲ 'ਤੇ ਜੀ ਚੱਲ ਰਿਹਾ ਸੂਤਰਾਂ ਮੁਤਾਬਕ ਪਤਾ ਲੱਗਿਆ ਵੀ BJP ਨਾਲ ਮੁਲਾਕਾਤ ਹੋਈ ਨਹੀਂ ਮੇਰੀ ਤਾਂ ਕੱਲ੍ਹ ਤਾਂ ਕਿਸੇ ਨਾਲ ਨਹੀਂ ਹੋਈ ਤੁਸੀਂ ਦਿੱਲੀ ਸੀਗੇ ਹਾਂ ਮੈਂ ਤਾਂ 2 ਮਿੰਟ ਉਹਨੂੰ ਵਧਾਈ ਦੇ ਕੇ ਆਇਆ ਹੋਰ ਕੁਛ ਨਹੀਂ ਉਹਨੂੰ ਨੱਡੇ ਨੂੰ ਹੋਰ ਕਿਸੇ BJP ਨਾਲ ਕੋਈ ਹੈਗੀ ਹੈ ਤੁਹਾਡੀ ਨਾਲ ਗੱਲਬਾਤ ਨਾ ਮੇਰੀ ਗੱਲਬਾਤ ਦੀ ਰੋਜ਼ ਹੀ ਗੱਲਬਾਤ ਸਾਡੀ ਹੁੰਦੀ ਅੱਜ ਤੋਂ 20 ਸਾਲ ਦੀ ਹੁੰਦੀ ਅਸੀਂ BJP ਨਾਲ ਹੀ ਚੱਲੇ ਹੁਣ ਤੱਕ ਹਰਸਿਮਰਤ ਕੌਰ ਨੂੰ ਹਟਾਉਣ ਵਾਸਤੇ ਨਹੀਂ ਨਹੀਂ ਕੋਈ ਸਵਾਲ ਹੀ ਨਹੀਂ ਪਤਾ ਹੁੰਦਾ ਮੇਰਾ ਨਾਮ ਹੈ ਕਿਸੇ ਨੂੰ ਹਟਾਉਣ ਦਾ ਨਾ ਲਿਆਉਣ ਦਾ BJP ਨਾਲ ਕੋਈ ਗੱਲਬਾਤ ਕੋਈ BJP ਚਾਹੁੰਦੀ ਹੋਵੇ ਵੀ ਤੁਹਾਨੂੰ ਨਹੀਂ ਮੇਰੇ ਨਾਲ ਕੋਈ ਪੋਲੀਟੀਕਲ ਗੱਲ ਨਹੀਂ ਕੋਈ ਗੱਲ ਨਹੀਂ ਹੋਈ ਕਿ ਰੈਲੀ ਨੂੰ ਕੀ ਕਹਿੰਦੇ ਕੀ ਸਮਝਦੇ ਉਹਨਾਂ ਜਿਹੜੀ ਹੈਗੀ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਸੰਗਰੂਰ 'ਚੋਂ ਕਰਾਓ ਜੇ ਰੈਲੀ ਸੰਗਰੂਰ ਦੀ ਕਰਾਉਣੀ ਹੈ ਬਾਹਰਲੇ ਜ਼ਿਲ੍ਹੇ 'ਚ ਕਿਉਂ ਬੱਸਾਂ 100-100 ਲਾਈਆਂ ਹਰੇਕ ਜ਼ਿਲ੍ਹੇ 'ਚ ਅਤੇ ਤੁਹਾਡੀ 29 ਤਰੀਕ ਨੂੰ ਕੱਲ੍ਹ ਬੈਠਕ ਬੁਲਾਈ ਗਈ ਹੈ ਉਹ ਕਿਸ ਸੰਬੰਧ ਕਾਹਦੀ 29 ਤਰੀਕ ਨੂੰ ਇਕੱਠ ਰੱਖਿਆ ਗਿਆ ਸੰਗਰੂਰ ਨੂੰ ਪਰ ਉਹਨਾਂ ਨੇ ਰੱਖਿਆ ਉਹਨਾਂ ਮੈਂ ਨਹੀਂ ਰੱਖਿਆ ਉਹ ਤਾਂ ਕਰਦੇ ਹੀ ਆ ਸਾਰੀ ਜਗ੍ਹਾ ਚੱਲਦੀਆਂ ਉਹਦੀਆਂ ਮੀਟਿੰਗਾਂ ਅੱਗੇ ਕੀ ਪਲਾਨ ਹੈਗਾ ਜੀ ਪੰਜਾਬ ਦੇ ਵਿੱਚ ਨਹੀਂ ਪੰਜਾਬ 'ਚ ਤਾਂ ਅਜੇ ਕਰਾਂਗੇ ਇਕੱਠੇ ਕਰ ਰਹੇ ਅਜੇ ਤਾਂ ਇਕੱਠੇ ਕਰਕੇ ਸਾਰਿਆਂ ਨੂੰ ਫਿਰ SGPC ਲੜਾਂਗੇ ਪਹਿਲਾਂ ਗੱਲਬਾਤ ਹੋਣੀ ਚਾਹੀਦੀ ਹੈ ਉਹ ਮੰਨੇ ਤਾਂ ਹੀ ਆ ਨਾ ਉਹਨੂੰ ਜਿਹੜਾ ਗੱਠਜੋੜ ਹੈ ਉਹਨਾਂ ਦਾ ਟੁੱਟਿਆ ਜੀ ਅਕਾਲੀ ਦਲ ਤੇ BJP ਦਾ ਉੱਥੇ ਦਿੱਲੀ ਦੇ ਵਿੱਚ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਇਕੱਠੇ ਰਹਿ ਸਕਣਗੇ ਜਾਂ ਇਹ ਤਾਂ ਵਕਤ ਹੀ ਦੱਸੂਗਾ ਮੈਂ ਕੋਈ ਜੋਤਸ਼ੀ ਦਾ ਨਹੀਂ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਟਕਸਾਲੀ ਸਾਰੇ ਇਕੱਠੇ ਹੋ ਕੇ ਲੜਾਂਗੇ ਇਹਨਾਂ ਦੇ ਖਿਲਾਫ ਜਿਹੜੀ ਹੁਣ ਕਮੇਟੀ ਜਿਹਦਾ ਕੰਟਰੋਲ ਆ ਜਿਹੜੀ ਹੜੱਪੀ ਜਾ ਰਹੇ ਨੇ SGPC ਨੂੰ ਤੇ ਉਹ ਤੋਂ ਛੁਡਾਉਣ ਲਈ ਤਾਂ ਇਕੱਠੇ ਹੋਣਾ ਪੈਣਾ ਬੰਗਾਲ ਦੇ ਪ੍ਰਸਿੱਧ ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ 36 ਸਾਲਾਂ ਦਾ ਮਹਾਨ ਤਜੁਰਬਾ ਜੋਤਸ਼ੀ ਮੌਲਵੀ ਤਾਂਤਰਿਕ ਬਾਬੇ ਬਾਬਿਆਂ ਕੋਲ ਜਾਵੋ ਬਾਰੋ ਵਾਰੀ ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ ਕੋਲ ਆਵੋ ਸਿਰਫ ਇੱਕ ਵਾਰੀ ਘਰ ਬੈਠੇ ਬੈਠੇ ਹੀ ਹਰ ਕੰਮ ਸਿਰਫ 7 ਘੰਟਿਆਂ ਵਿੱਚ ਗਰੰਟੀ ਅਸਟਾਮ ਪੇਪਰ 'ਤੇ ਲਿਖ ਕੇ ਲਵੋ ਜੀ ਨਵੇਂ ਸਾਲ ਦਾ ਭਵਿੱਖ ਮੁਫਤ ਵਿੱਚ ਜਾਣੋ ਸੁਪਰ ਸਪੈਸ਼ਲਿਸਟ ਮਹਾਂਵਸ਼ੀਕਰਨ ਮਨ ਚਾਹਿਆ ਪਿਆਰ ਪ੍ਰਾਪਤ ਕਰੋ ਲਵ ਮੈਰਿਜ ਲਈ ਘਰ ਵਾਲਿਆਂ ਨੂੰ ਮਨਾਓ ਵਿਦੇਸ਼ਾਂ ਦਾ ਵੀਜ਼ਾ ਲਗਵਾਓ ਵਿਦੇਸ਼ ਵਿੱਚ ਗ੍ਰੀਨ ਕਾਰਡ ਲੈ ਕੇ ਪੱਕੇ ਹੋਵੋ ਕਾਰੋਬਾਰ ਵਿੱਚ ਪੈਂਦੀ ਰੁਕਾਵਟ ਨੂੰ ਦੂਰ ਕਰੋ ਰਾਤੋ ਰਾਤ ਕਰਜ਼ੇ ਤੋਂ ਮੁਕਤੀ ਪਾਓ ਪਤੀ ਪਤਨੀ ਸੱਸ ਨੂੰਹ ਵਿੱਚ ਹੋ ਰਹੇ ਲਗਾਤਾਰ ਕਲੇਸ਼ ਨੂੰ ਦੂਰ ਕਰੋ ਸੋਤਣ ਤੋਂ ਛੁਟਕਾਰਾ ਪਾਓ ਦੁਸ਼ਮਣ ਦਾ ਜੜ ਤੋਂ ਖਾਤਮਾ ਕਰੋ ਬੱਚਿਆਂ ਨੂੰ ਕਹਿਣਾ ਮੰਨਣ ਲਾਵੋ ਕਿਸੇ ਵੀ ਕੋਰਟ ਵਿੱਚ ਜਿੱਤ ਪ੍ਰਾਪਤ ਕਰੋ
ਹਰ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰੋ। ਲਾਟਰੀ ਨੰਬਰ ਅਤੇ ਗੁਪਤ ਖਜ਼ਾਨਾ ਪ੍ਰਾਪਤ ਕਰਨ ਲਈ ਵੀ ਮਿਲ ਸਕਦੇ ਹੋ। ਸਾਰੀਆਂ ਸਮੱਸਿਆਵਾਂ ਦਾ ਹੱਲ ਮੁਫ਼ਤ ਵਿੱਚ ਗਰੰਟੀ ਨਾਲ 7 ਘੰਟਿਆਂ ਵਿੱਚ ਹੋਵੇਗਾ। ਮੌਲਵੀ ਮੁੱਲਾ ਪੰਡਿਤ ਤਾਂਤਰੀ ਨੂੰ ਖੁੱਲ੍ਹਾ ਚੈਲੰਜ, ਮੇਰੇ ਤੋਂ ਪਹਿਲਾਂ ਕੰਮ ਕਰਾ ਕੇ ਦਿਖਾਓ, ਮੂੰਹ ਮੰਗਿਆ ਇਨਾਮ ਪਾਓ। ਹੁਣ ਤੱਕ ਲੱਖਾਂ ਲੋਕਾਂ ਦਾ ਕੰਮ ਬਣਾ ਚੁੱਕੇ ਅਘੋਰੀ ਬਾਬਾ ਬਾਲ ਕ੍ਰਿਸ਼ਨ ਜੀ ਤੋਂ ਤੁਸੀਂ ਹਰ ਇੱਕ ਸਮੱਸਿਆ ਮੁਫ਼ਤ ਵਿੱਚ ਹੱਲ ਕਰਨ ਲਈ ਸੰਪਰਕ ਕਰੋ। 8264143264। ਤੁਸੀਂ ਦੁਬਾਰਾ ਨੰਬਰ ਫਿਰ ਨੋਟ ਕਰ ਸਕਦੇ ਹੋ 82641 43264।